हेलो स्टूडेंट एक्सरसाइज 7.5 ਅੱਜ ਆਪਾਂ ਸਟਾਰਟ ਕਰਨੀ ਹੈ ਜਿਹਦੇ ਵਿੱਚ ਸਭ ਤੋਂ ਪਹਿਲਾਂ ਆਪਾਂ ਸਮਝਾਂਗੇ ਸਿੰਪਲ ਇੰਟਰਸਟ ਬਾਰੇ ਆਲਰੇਡੀ ਤੁਸੀਂ ਛੋਟੀ ਕਲਾਸਾਂ ਦੇ ਵਿੱਚ ਸਿੰਪਲ ਇੰਟਰਸਟ ਬਾਰੇ ਪੜ੍ਹ ਚੁੱਕੇ ਹੋ ਇੰਟਰਸਟ ਦਾ ਮਤਲਬ ਹੁੰਦਾ ਹੈ ਵਿਆਜ ਇੰਟਰਸਟ ਦਾ ਮਤਲਬ ਕੀ ਹੁੰਦਾ ਬੱਚੇ ਵਿਆਜ ਅੱਜ ਆਪਾਂ ਥੋੜੀ ਜੀ ਗੱਲ ਕਰਦੇ ਆਂ ਪਹਿਲਾਂ ਸਿੰਪਲ ਇੰਟਰਸਟ ਬਾਰੇ ਇਹਦੇ ਬੇਸਿਕ ਬਾਰੇ ਕਨਸੈਪਟ ਬਾਰੇ ਜਾਣਦੇ ਆਂ ਉਸ ਤੋਂ ਬਾਅਦ ਆਪਾਂ ਕੁਐਸਚਨ ਆਨਸਰ ਤੇ ਡੀਲ ਕਰਾਂਗੇ ਬੱਚੇ ਇੰਟਰਸਟ ਦਾ ਮਤਲਬ ਹੁੰਦਾ ਹੈ ਬਿਆਜ ਕਿਸੇ ਚੀਜ਼ ਦੇ ਉੱਤੇ ਸਾਨੂੰ ਕੀ ਮਿਲਣਾ ਬਿਆਜ ਮਿਲਣਾ ਜਿਵੇਂ ਫੋਰ ਐਗਜ਼ਾਮਪਲ ਨੂੰ ਬਿਆਜ ਵੀ ਦੋ ਤਰੀਕੇ ਦੇ ਹੁੰਦੇ ਨੇ ਇੱਕ ਸਿੰਪਲ ਇੰਟਰਸਟ ਹੁੰਦਾ ਹੈ ਇੱਕ ਕੰਪਾਊਂਡ ਇੰਟਰਸਟ ਹੁੰਦਾ ਹੈ ਪਹਿਲਾਂ ਆਪਾਂ ਸਿੰਪਲ ਇੰਟਰਸਟ ਬਾਰੇ ਗੱਲ ਕਰਾਂਗੇ ਠੀਕ ਹੈ ਜੀ ਜਿਵੇਂ ਲੈਟਸ ਪੋਜ਼ ਤੁਸੀਂ ਕਿਸੇ ਬੰਦੇ ਨੂੰ 100 ਰੁਪਏ ਉਧਾਰ ਦਿੱਤਾ ਜੋ ਆਪਾਂ ਕਿਸ ਪੈਸਾ ਕਿਸੇ ਨੂੰ ਦਿਨੇ ਆ ਜਾਂ ਕਿਤੇ ਰੱਖਦੇ ਆ ਉਹਨੂੰ ਆਪਾਂ ਪ੍ਰਿੰਸੀਪਲ ਅਮਾਉਂਟ ਬੋਲਦੇ ਆ ਕੀ ਬੋਲਦੇ ਆ ਪ੍ਰਿੰਸੀਪਲ ਅਮਾਉਂਟ ਮੰਨ ਲਓ ਤੁਸੀਂ ਕਿਸੇ ਨੂੰ 100 ਰੁਪਏ ਉਧਾਰ ਦਿੱਤਾ ਠੀਕ ਹੈ ਜੀ ਹੁਣ ਜੇ ਤੁਸੀਂ ਕਿਸੇ ਨੂੰ 100 ਰੁਪਏ ਉਧਾਰ ਦਿੱਤਾ ਹੈ ਨਾ ਕਿਸੇ ਟਾਈਮ ਲਈ ਦਿੱਤਾ ਹੋਗਾ ਨਾ ਅਫਟਰ दैट ਤੁਸੀਂ ਉਤੋਂ ਵਾਪਸ ਲਹੋਗੇ ਮੰਨ ਲਓ ਉਹਨੂੰ ਤੁਸੀਂ 2 ਸਾਲ ਲਈ ਪੈਸਾ ਦਿੱਤਾ 100 ਰੁਪਏ ਠੀਕ ਹੈ ਜਸਟ ਐਗਜ਼ਾਮਪਲ ਲੈ ਰਹੇ ਹੁਣ 100 ਰੁਪਏ 2 ਸਾਲ ਲਈ ਕੌਣ ਹੁੰਦਾ ਬਟ ਸਿਰਫ ਸਮਝਣ ਲਈ ਪ੍ਰਿੰਸੀਪਲ ਦਾ ਮਤਲਬ ਜੋ ਤੁਸੀਂ ਕਿਸੇ ਨੂੰ ਉਧਾਰ ਦਿੱਤਾ ਜਾਂ ਬੈਂਕ ਦੇ ਵਿੱਚ ਜੋ ਤੁਸੀਂ ਆਪਣਾ ਪੈਸਾ ਰੱਖਿਆ ਉਹ ਹੋ ਗਿਆ ਤੁਹਾਡਾ ਪ੍ਰਿੰਸੀਪਲ ਕਿੰਨੇ ਸਾਲ ਲਈ ਰੱਖਿਆ 2 ਸਾਲ ਲਈ ਹੁਣ ਉਹ ਬੰਦਾ ਕਹਿੰਦਾ ਮੈਂ ਤੁਹਾਨੂੰ ਭਾਈ ਇਅਰਲੀ 5% ਪੇ ਕਰੂੰਗਾ 5% ਕੀ ਦਊਗਾ ਵਿਆਜ ਦਊਗਾ ਪਰ एनपीए ਦਾ ਮਤਲਬ ਹਰ ਸਾਲ 5% ਹੁਣ ਜੇ ਮੈਂ ਪੁੱਛਾਂ ਕਿ 2 ਸਾਲ ਬਾਅਦ ਜੋ ਮੈਨੂੰ ਅਮਾਉਂਟ ਮਿਲੂਗੀ ਉਹ ਕਿੰਨੀ ਮਿਲੂਗੀ ਤਾਂ ਬੱਚੇ ਸਿੰਪਲ ਇੰਟਰਸਟ ਦੇ ਵੀ ਸਾਡੇ ਕੋਲ ਫਾਰਮੂਲਾ ਹੁੰਦਾ P R T 100 ਠੀਕ ਹੈ ਜੀ ਸਿੰਪਲ ਇੰਟਰਸਟ ਯਾਨੀ ਵਿਆਜ ਸਾਨੂੰ ਕਿੰਨਾ ਮਿਲੂਗਾ ਪ੍ਰਿੰਸੀਪਲ ਉਹਨੇ ਸਾਤੋਂ ਕਿੰਨੇ ਰੁਪਏ ਲਏ 100 ਰੁਪਏ ਲਏ ਰੇਟ ਕਿੰਨੇ ਪਰਸੈਂਟ ਤੇ ਲਏ 5% ਤੇ ਲਏ ਟਾਈਮ ਕਿੰਨੇ ਸਾਲ ਲਈ ਲਏ 2 ਸਾਲ ਲਈ ਆਪਾਂ ਉਹਦੇ ਵਿੱਚ 100 ਕਟਿੰਗ ਕਰੋਗੇ ਤਾਂ ਇੰਟਰਸਟ 5 ਦੋ ਦਾ ਕਿੰਨਾ 10 ਰੁਪਏ ਤਾਂ ਜੋ ਸਿੰਪਲ ਇੰਟਰਸਟ ਬਣ ਗਿਆ ਯਾਨੀ 2 ਸਾਲ ਬਾਅਦ ਜੋ ਸਾਨੂੰ ਵਿਆਜ ਉਹ ਦੇਗਾ ਉਹ ਕਿੰਨੇ ਰੁਪਏ ਦਾ ਵਿਆਜ ਦੇਗਾ 10 ਰੁਪਏ ਦਾ ਉਹ ਜੋ ਅਮਾਉਂਟ ਹੁੰਦੀ ਹੈ ਅਮਾਉਂਟ ਹੁੰਦੀ ਸਾਡੀ ਪ੍ਰਿੰਸੀਪਲ ਪਲੱਸ ਸਿੰਪਲ ਇੰਟਰਸਟ ਹੁਣ ਆਇਆ ਤੁਹਾਨੂੰ ਨਾ ਤੁਸੀਂ ਉੱਥੋਂ ਵਿਆਜ ਲਓਗੇ 100 ਰੁਪਏ ਦਿੱਤਾ ਉਹ ਵੀ ਤਾਂ ਲੈਣਾ ਤਾਂ ਜੋ ਅਮਾਉਂਟ ਸਾਨੂੰ 2 ਸਾਲ ਬਾਅਦ ਉਹ ਪੇ ਕਰੇਗਾ ਇੱਕ ਤਾਂ ਪ੍ਰਿੰਸੀਪਲ ਸਾਡਾ ਜਿਹੜਾ 100 ਲਿਆ ਉਹ ਤਾਂ ਦੇਣ ਹੀ ਦੇਣਾ ਉਹਨੇ ਪਲੱਸ ਸਾਨੂੰ ਨੇ ਵਿਆਜ ਦੇਣਾ ਕਿੰਨਰ 'ਤੇ 10 ਰੁਪਏ ਤਾਂ ਟੋਟਲ ਅਮਾਉਂਟ ਸਾਡੀ ਟੀ ਕੋਲ ਕਿੰਨੇ ਬਣ ਗਈ 110 ਰੁਪਏ ਹੁਣ ਆ ਦੋ ਫਾਰਮूले ਤੁਸੀਂ ਐਕਸਰਸਾਈਜ਼ ਦੀ ਸਟਾਰਟਿੰਗ ਤੋਂ ਪਹਿਲਾਂ ਲਿਖ ਲੈਣਾ ਆਪਣੀ ਕਾਪੀ ਦੇ ਉੱਤੇ ਪਹਿਲਾਂ ਹਾਂ ਸਿੰਪਲ ਇੰਟਰਸਟ ਦਾ ਫਾਰਮੂਲਾ ਕੀ ਹੁੰਦਾ ਪੀ ਇੰਟੂ ਆਰ ਇੰਟੂ ਟੀ ਅਪਾਨ ਪ੍ਰਿੰਸੀਪਲ ਪਲੱਸ ਸਿੰਪਲ ਚਾਇ ਇੰਟਰਸਟ ਲਿਖ ਦਿਓ ਪ੍ਰਿੰਸੀਪਲ ਪਲੱਸ ਸਿੰਪਲ ਇੰਟਰਸਟ ਓਕੇ ਹੋ ਗਈ ਗੱਲ ਠੀਕ ਹੈ ਹੁਣ ਆਪਾਂ ਐਕਸਰਸਾਈਜ਼ ਦੇ ਕੁਐਸਚਨ ਵੱਲ 무ਵ ਕਰਾਂਗੇ ਆ ਦੋ ਫਾਰਮੇ ਤੁਹਾਨੂੰ ਹੋਗੇ ਹੋਣਗੇ ਬਿਲਕੁਲ ਕਲੀਅਰ ਤਾਂ ਪਹਿਲਾ ਕੁਐਸਚਨ ਹੈ ਸਾਡੇ ਕੋਲ ਐਕਸਰਸਾਈਜ਼ ਦੇ ਵਿੱਚ ਐਕਸਰਸਾਈਜ਼ 7.4 ਇਨ ਵਟ ਟਾਈਮ ਇਨ ਵਟ ਟਾਈਮ ਯਾਨੀ ਟਾਈਮ ਤਾਂ ਸਾਨੂੰ ਕੀ ਕਰਨਾ ਹੈ ਫਾਈਂਡ ਕਰਨਾ ਹੈ ਕੁਐਸਚਨ ਚ ਉਹਨਿਆ ਹੀ ਪੁੱਛਿਆ ਇਨ ਵਟ ਟਾਈਮ 1600 ਵਿਲ ਅਮਾਉਂਟ ਟੂ 1760 ਕਿੰਨਾਰ ਜੋ ਪ੍ਰਿੰਸੀਪਲ ਸੀ ਕਿੰਨਾਰ ਪਹਿលਆ 1600 ਰੁਪਇਆ ਅਸਾ ਲਿਖੀ ਜਾਣੇ ਪ੍ਰਿੰਸੀਪਲ ਅਮਾਉਂਟ ਪ੍ਰਿੰਸੀਪਲ ਕਿੰਨਾਰ ਪਹਿលਆ 1600 ਉਸ ਵਾਰ ਕਹਿੰਦਾ ਅਮਾਉਂਟ ਟੂ 1760 ਜੋ ਅਮਾਉਂਟ ਬਣ ਗਈ ਜੋ ਉਹਨੂੰ ਸਾਨੂੰ ਪੇ ਕੀਤਾ ਵਾਪਸ ਉਹ ਕਿੰਨਾ ਪੇ ਕੀਤਾ 1760 ਰੁਪਏ ਪੇ ਕੀਤਾ ਠੀਕ ਹੈ ਜੀ ਐਟ ਦਾ ਰੇਟ ਆਫ 5% ਰੇਟ ਕਿਨੇ ਤੇ 5% ਤੇ ਟਾਈਮ ਆਪਾਂ ਕੀ ਕਰਨਾ ਹੈ ਫਾਈਂਡ ਕਰਨਾ ਹੈ ਆਹੀ ਕੁਐਸਚਨ ਸੀ ਠੀਕ ਹੈ ਜੀ ਕਹਿੰਦਾ 1600 ਰੁਪਏ ਉਹਨੇ ਮੇਰੇ ਤੋਂ ਲਿਆ 1760 ਰੁਪਏ ਮੈਨੂੰ ਪੇ ਕੀਤੇ ਤਾਂ ਆਬਵੀਅਸਲੀ ਇੱਥੇ ਵਿਆਜ ਜੁੜ ਗਿਆ ਤਾਂ ਹੀ ਇੰਨੇ ਪੈਸੇ ਉਹਨੇ ਮੈਨੂੰ ਵਾਧੇ ਮੋੜੇ ਕਿੰਨੇ ਪਰਸੈਂਟ ਤੇ 5% ਤੇ ਕਹਿੰਦਾ ਦੱਸੋ ਫਿਰ ਉਹਨੇ ਕਿੰਨੇ ਸਾਲ ਲਈ ਮੇਰੇ ਤੋਂ ਪੈਸਾ ਉਧਾਰ ਲਿਆ ਹੋਊਗਾ ਤਾਂ ਬਹੁਤ ਸਿੰਪਲ ਜਿਹਾ ਗੱਲ ਹੈ ਬੱਚੇ ਮੈਨੂੰ ਗੱਲ ਦੱਸੋ ਮੈਂ ਹੁਣੇ ਤੁਹਾਨੂੰ ਅਮਾਉਂਟ ਦਾ ਫਾਰਮੂਲਾ ਬਣਾਇਆ ਅਮਾਉਂਟ ਦਾ ਫਾਰਮੂਲਾ ਕੀ ਹੁੰਦਾ ਪ੍ਰਿੰਸੀਪਲ ਪਲੱਸ ਸਿੰਪਲ ਇੰਟਰਸਟ ਅਮਾਉਂਟ ਕਿੰਨੀ ਹੋਗੀ 1760 ਪ੍ਰਿੰਸੀਪਲ ਕਿੰਨਾ ਸੀ 1600 ਪਲੱਸ ਦਾ ਇਧਰ ਆ ਕੇ ਕਾਦਾ ਹੋ ਜੂਗਾ ਮਾਈਨਸ ਦਾ ਇਕਵਲ ਟੂ ਸਿੰਪਲ ਇੰਟਰਸਟ ਯਾਨੀ ਮੈਨੂੰ ਜੋ ਵਿਆਜ ਮਿਲਿਆ ਉਹ ਕਿੰਨਾ ਮਿਲਿਆ 061 160 ਰੁਪਏ ਦਾ ਮੈਨੂੰ ਕੀ ਮਿਲਿਆ ਵਿਆਜ ਮਿਲਿਆ 1600 ਦਿੱਤੇ ਸੀ 1760 ਹੋਏ ਆਬਵੀਅਸਲੀ 160 ਰੁਪਏ ਦਾ ਕੀ ਮਿਲਿਆ ਵਿਆਜ ਮਿਲਿਆ ਹੁਣ 160 ਦਾ ਵਿਆਜ ਕਿੰਨੇ ਸਾਲਾਂ ਬਾਅਦ ਮਿਲਿਆ ਤਾਂ ਸਿੰਪਲ ਇੰਟਰਸਟ ਦਾ ਹੁਣ ਆਪਾਂ ਪਹਿਲਾ ਅਮਾਉਂਟ ਦਾ ਫਾਰਮੂਲਾ ਲਗਾਵਾਂਗੇ ਸਿੰਪਲ ਇੰਟਰਸਟ ਫਾਈਂਡ ਕਰ ਲਿਆ ਹੁਣ ਸਿੰਪਲ ਇੰਟਰਸਟ ਦਾ ਫਾਰਮੂਲਾ ਆਇਆ ਪੀ ਇੰਟੂ ਆਰ ਇੰਟੂ ਟੀ ਆਪਾਂ ਉਹਦੇ ਵਿੱਚ ਕਿੰਨਾ 100 ਤਾਂ ਪ੍ਰਿੰਸੀਪਲ ਬੱਚੇ ਕਿੰਨਾ 1600 ਰੁਪਿਆ ਇੰਟੂ ਰੇਟ ਕਿੰਨਾ 5% ਇੰਟੂ ਟਾਈਮ ਆਪਾਂ ਫਾਈਂਡ ਕਰਨਾ ਆਪਾਂ ਉਹਦੇ ਵਿੱਚ 100 ਸੀ ਸਿੰਪਲ ਇੰਟਰਸ ਕਿੰਨਾ ਸਾਡੇ ਕੋਲ 160 ਕਲੀਅਰ 0 0 0 ਨਾਲ 0 ਕੱਟੀ ਗਈ ਇੱਥੇ ਦੇਖਿਓ ਅ ਚਲੋ ਥੱਲੇ ਕਰ ਦਿੰਨਾ ਕੰਫਿਊਜ਼ਨ ਨਾ ਆਏ ਤੁਹਾਨੂੰ 160 ਆ ਜੋ ਮਲਟੀਪਲਾਈਜ਼ ਤੇ ਆ نیچے ਆ ਜਾਏਗਾ 16 ਡਿਵਾਈਡ ਨਾਲ 5 ਵੀ نیچے ਆ ਜਾਏਗਾ ਡਿਵਾਈਡ ਇਕੁਅਲ ਟੂ ਕਿ ਬਚ ਗਿਆ T ਕਿ ਆਪਾਂ ਫਾਈਂਡ ਕਰਨਾ ਹੈ 16 ਦੇ ਟੇਬਲ ਤੇ ਕਿੰਨੇ ਆ ਜਾਏਗਾ 10 ਤੇ 5 ਦੇ ਟੇਬਲ ਤੇ 10 ਕਿੰਨੇ ਆ ਤੇ ਆ ਜਾਏਗਾ 2 ਤੇ ਯਾਨੀ ਟਾਈਮ ਕਿੰਨਾ ਆ ਗਿਆ 2 ইয়ার্স 2 ਸਾਲ ਬਾਅਦ ਸਾਡੀ 1600 ਅਮਾਉਂਟ ਕਿੰਨੀ ਹੋ ਜਾਊਗੀ 1760 ਆਹੀ ਸਾਡਾ ਕੁਐਸਚਨ ਸੀ ਆਹੀ ਆਪਾਂ ਫਾਈਂਡ ਕਰਨਾ ਸੀ ਫਸਟ ਕੁਐਸਚਨ ਦਾ ਸਾਡਾ ਸੋਲੂਸ਼ਨ ਹੋਇਆ